ਤੁੱਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਗ੍ਰੈਡ ਸ਼ਾਟ ਦੀ ਐਡੀਕਨਮੀ ਵੀਡੀਓ ਦੇ ਵਿੱਚ ਤਾਂ ਭਾਈ ਮੇਰੇ ਵੱਲੋਂ ਬੰਦੀ ਛੋੜ ਦਿਵਸ ਤੇ ਹੈ ਦੀਵਾਲੀ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਆ ਆਈ نو ਕਿ ਵੀਡੀਓ ਆਪਣੀ ਬੜੀ ਜਿਆਦਾ ਲੇਟ ਹੋ ਜਾਣੀ ਆ ਤੇ ਇਸ ਕਰਕੇ ਤਾਂ ਅੱਜ ਆਪਾਂ ਆਏ ਹੋਏ ਸੀ ਮਾਈਕਲ ਕੋਲ ਤੇ ਮਾਈਕਲ ਕੋਲੋਂ ਮੈਨੂੰ ਪਤਾ ਲੱਗਿਆ ਕਿ ਆਪਣੇ ਸਿੱਟੀ ਦੇ ਵਿੱਚ ਨਾ ਮੂਸਾਲ ਦਾ ਕੋਈ ਤਾਂ ਟਰੈਕਟਰ ਟ੍ਰਾਣਿਆ ਬਾਕੀ ਪਤਾ ਨਹੀਂ ਕਿਹੜਾ ਆਣਾ ਤੇ ਸ਼ਾਇਦ ਤੁਹਾਨੂੰ ਥੰਬਨੇਲ ਵਗੈਰਾ ਤੋਂ ਚੈੱਕ ਕਰ ਹੀ ਲਿਆ ਹੋਣਾ ਵੀ ਜਿਹੜਾ ਵੀ ਆਊਗਾ ਤਾਂ ਆਪਾਂ ਜਾਣੇ ਆ ਉਹਦੀ ਡਿਲੀਵਰੀ ਲੈਣ ਤੇ ਡਿਲੀਵਰੀ ਜੇ ਉਹ ਕਿ ਆਪਾਂ ਲੈਣੀ ਆ ਤਾਂ ਮੈਨੂੰ ਇੱਕ ਹੋਰ ਚੀਜ਼ ਮਾਈਕਲ ਤੋਂ ਪਤਾ ਲੱਗੀ ਕਿਉਂਕਿ ਮਾਈਕਲ ਦਾ ਹੈਗਾ ਮੂਸਾ ਵਾਲਾ ਪੱਕਾ ਯਾਰ ਤੇ ਇਸ ਕਰਕੇ ਆਪਾਂ ਨੂੰ ਮਾਈਕਲ ਕੋਲੋਂ ਲੱਗਿਆ ਪਤਾ ਵੀ ਮੂਸੇ ਵਾਲੇ ਨੇ ਆਪਦੀ ਜੋ ਉਹਦੀਆਂ ਦੋ ਨਵੀਆਂ ਫਿਲਮਾਂ ਆਈਆਂ ਨੇ ਨਾ ਜਿਹੜੀ ਹੈਗੀ ਮੂਸਾ ਜੱਟ ਤੇ ਜਸ ਆਈ ਐਮ ਸਟੂਡੈਂਟ ਤੇ ਉਹਦੀਆਂ ਪ੍ਰੋਮੋਸ਼ਨਾਂ ਵਾਸਤੇ ਆਪਣੇ ਉਰੇ ਲਾਣਾ ਇੱਕ ਖਾੜਾ ਆਪਣੀ ਸਿਟੀ ਦੇ ਵਿੱਚ ਉਹ ਜਲਦੀ ਹੀ ਲੱਗਣਾ ਤੇ ਆਪਾਂ ਦੇਖਦੇ ਆਂ ਉਹ ਕਦੋਂ ਲੱਗਣਾ ਆਪਾਂ ਉਹਦੀ ਸਾਰੇ ਸ਼ਡਿਊਲਸ ਡਾਲ ਵਿੱਚ ਚੈੱਕ ਕਰਾਂਗੇ ਜੋ ਵੀ ਉਹਦਾ ਮੈਨੇਜਰ ਮੈਨੇਜਰ ਆ ਜੀ ਨੂੰ ਆਪਣਾ ਮਾਈਕਲ ਜਾਣਦਾ ਤੇ ਤਾਂ ਕਰਕੇ ਤਾਂ ਇਸ ਲਈ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਮਾਈਕਲ ਕੋਲੋਂ ਪੂਰਾ ਐਡਰੈਸ ਵਗੈਰਾ ਲੈ ਲੈਣਾ ਵੀ ਕਿੱਥੇ ਆਣਾ ਉਹਦਾ ਉਹ ਆ ਕੇ ਚੱਲੀ ਜਾਂਦਾ ਵੇਖੋ ਹਾਂ ਤੇ ਆਪਾਂ ਮਾਈਕਲ ਕੋਲੋਂ ਉਹਦਾ ਪੂਰਾ ਐਡਰੈਸ ਵਗੈਰਾ ਲੈ ਲੈਨੇ ਆ ਤੇ ਫਿਰ ਦੇਖਦੇ ਆਂ ਕਿ ਕੀ ਬਣਦਾ ਅੱਗੇ ਇੱਕ ਵਾਰੀ ਮੈਂ ਮਾਈਕਲ ਨਾਲ ਕਰ ਲਾਂ ਗੱਲ ਪਰ ਮੇਰੀ ਮਾਈਕਲ ਨਾਲ ਗੱਲ ਹੋਈ ਮਾਈਕਲ ਕਹਿੰਦਾ ਉਸਨੇ ਕਿਸੇ ਕੰਮ ਤੋਂ ਜਾ ਕੇ ਆਣਾ ਬਾਹਰ ਕਹਿੰਦਾ ਤੂੰ ਹੀ ਜਾ ਕੇ ਡਿਲੀਵਰੀ ਲਿਆ ਤੇ ਇਸ ਕਰਕੇ ਆਪਾਂ ਜਾਣਾ ਮਾਈਕਲ ਨਾਲ ਜੋ ਮੂਸਾ ਵਾਲੀ ਦੀ ਗੱਲਬਾਤ ਹੋਈ ਆ ਰੇ ਕਪੜੇ ਬਦ ਲੈਨੇ ਕੋਈ ਬਿਜ਼ਨਸ ਬਿਜ਼ਨਸ ਵਾਲੇ ਪਾ ਲੈਨੇ ਕਪੜੇ ਆਪਾਂ ਪਾ ਲੈ ਥੋੜੀ ਆ ਸੂਟ ਬੂਟ ਜੀ ਆਪਾਂ ਚੱਲਦੇ ਆਂ ਫਿਰ ਹੁਣ ਅੱਜ ਮਾਈਕਲ ਨੇ ਆਪਣੀ ਸਕੋਰਪੀਓ ਕਢਾ ਰੱਖੀ ਬਾਹਰ ਤਾਂ ਚੱਲਦੇ ਆਪਾਂ ਮਾਈਕਲ ਦੀ ਸਕੋਰਪੀਓ ਲੈ ਕੇ ਉਹ ਭਾਈ ਬੜੀ ਬਾਰਿਸ਼ ਹੋਈ ਜਾਂਦੀ ਆ ਯਾਰ ਬਾਹਰ ਤਾਂ ਚਲੋ ਆਪਾਂ ਚੱਲਦੇ ਹਾਂ ਮਾਈਕਲ ਦੀ ਸਕਾਰਪਿਓ ਲੈ ਕੇ ਮਾਈਕਲ ਨੇ ਟਾਇਰਾਂ ਦਾ ਕੀ ਬਣਾ ਰੱਖਿਆ ਹੋਇਆ ਆਪਾਂ ਚੱਲੇ ਤਾਂ ਹੈਗਾ ਬੈਣੀ ਨੂੰ ਵੀ ਦਿਖਾਵਾਵਾਂਗੇ ਉਹਦੀ ਗੱਡੀ ਕਿ ਕੀ ਇਹਦੇ ਵਿੱਚ ਮੋਡੀਫਿਕੇਸ਼ਨ ਕਰਨਾ ਟਾਇਰ ਟੂਰ ਕਰਵਾਣੇ ਯਾਰ ਮਾਈਕਲ ਵਾਸਤੇ ਚੇਂਜ ਆਪਾਂ ਚੱਲਦੇ ਹਾਂ ਹੁਣ ਸਭ ਤੋਂ ਪਹਿਲਾਂ ਜਿੱਦਾਂ ਕਿ ਮੈਨੂੰ ਮਾਈਕਲ ਨੇ ਦੱਸਿਆ ਕਿ ਜੋ ਆਪਣਾ ਹੈਗਾ ਨਾ ਐਲਐਸ ਕਸਟਮ ਜੋ ਕਿ ਬਾਹਰਲੀ ਸਾਈਡ ਵਾਲਾ ਤੇ ਆਪਾਂ ਉਸ ਉੱਥੇ ਜਾਣਾ ਤੇ ਉੱਥੇ ਜਾ ਕੇ ਆਪਾਂ ਨੂੰ ਮਿਲਣੀ ਆ ਮੂਸਾ ਵਾਲੇ ਟਰੈਕਟਰ ਦੀ ਡਿਲੀਵਰੀ ਤੇ ਉਥੇ ਇਦਾਂ ਹੀ ਖੜਿਆ ਹੋਣਾ ਯਾਨੀ ਐਲ ਐਸ ਕਸਟਮ ਜੋ ਆਪਣਾ ਇਸ ਸਾਈਡ ਵਾਲਾ ਨਾ ਸੈਂਡੀ ਸ਼ੋਰਸ ਵਾਲਾ ਵੀ ਉਸ ਵੱਲ ਇਦਾਂ ਹੀ ਖੜਿਆ ਹੋਊਗਾ ਉਹਦਾ ਟਰੈਕਟਰ ਜੇ ਉਥੇ ਜਾ ਕੇ ਆਪਾਂ ਲੈ ਕੇ ਆਣਾ ਯਾਨੀ ਯਾਰ ਮੂਸ ਵਾਲਾ ਟਰੈਕਟਰ ਯਾਰ ਇਦਾਂ ਹੀ ਕਿਵੇਂ ਖੜਿਆ ਹੋਊਗਾ ਮੈਨੂੰ ਕੁਝ ਤਾਂ ਗੜਬੜ ਲੱਗਦੀ ਆ ਬਾਕੀ ਆਪਾਂ ਨੂੰ ਜਾ ਕੇ ਪਤਾ ਲੱਗਣਾ ਉਥੇ ਕੀ ਬਣਦਾ ਇਸ ਲਈ ਚਲੋ ਚੱਲਦੇ ਆ ਜਾ ਕੇ ਆਪਾਂ ਨੂੰ ਪਤਾ ਲੱਗ ਜਣਾ ਮੈਨੂੰ ਕੁਝ ਤਾਂ ਸ਼ੱਕ ਹੁੰਦਾ ਪਿਆ ਵੀ ਹਾਂ ਉਥੇ ਇਦਾਂ ਯਾਰ ਐਡੇ ਵੱਡੇ ਸਟਾਰ ਦਾ ਟਰੈਕਟਰ ਆ ਤੇ ਉਹ ਇਦਾਂ ਹੀ ਬਿਨਾ ਕਿਸੇ ਉਹ ਤੋਂ ਖੜਾ ਕਿਦਾਂ ਰਹਿ ਸਕਦਾ ਤਾਂ ਬਾਕੀ ਆਪਾਂ ਉਹ ਉੱਥੇ ਜਾ ਕੇ ਪਤਾ ਲੱਗਣਾ ਵੀ ਕਿਤੇ ਮਾਈਕਲ ਕੋਲ ਆਪਦੇ ਕੋਲ ਗਲਤ ਜਾਣਕਾਰੀ ਤਾਂ ਨਹੀਂ ਮੈਨੂੰ ਹੁਣੇ ਆਇਆ ਸੀ ਮਾਈਕਲ ਦਾ ਫੋਨ ਤੇ ਮਾਈਕਲ ਕਹਿੰਦਾ ਕਹਿੰਦਾ ਭਾਈ ਮੈਨੂੰ ਸੱਚ ਜਾਣਕਾਰੀ ਗਲਤ ਮਿਲੀ ਸੀ ਤੇ ਇਸ ਲਈ ਕਹਿੰਦਾ ਐਲਐਸ ਕਸਟਮ ਵੱਲ ਨਹੀਂ ਹੈਗਾ ਉਹਦਾ 911 ਉਹਦਾ 911 ਵਾਸਤੇ ਆਪਾਂ ਨੂੰ ਜੋ ਉਹਦਾ ਐਡਰੈਸ ਮਿਲਣਾ ਉਹ ਮਿਲਣਾ ਸਿਮਿਆਨ ਕੋਲੋਂ ਤਾ ਆਪਾ ਚੁੱਕੇ ਸਿਮਿਓਨ ਦੀ ਉਹਦੇ ਦੁਕਾਨ ਦੇ ਲਾਗੇ ਦੀ ਆਪਾਂ ਗੁజర్ ਦੇ ਪਏ ਸੀ ਤੇ ਆਪਾਂ ਨੂੰ ਉਰੋ ਚਲੋ ਵਧੀਆ ਟਾਈਮ ਤੇ ਫੋਨ ਆ ਗਿਆ ਤਾਂ ਆਪਾਂ ਸਿਮਿਓਨ ਨਾਲ ਇੱਕ ਵਾਰੀ ਗੱਲ ਕਰਕੇ ਆਨੇ ਆ ਤੇ ਫਿਰ ਦੇਖਦੇ ਹਾਂ ਕੀ ਬਣਦਾ ਮੇਰੀ ਸਿਮਿਓਨ ਨਾਲ ਹੁਣੇ ਗੱਲ ਹੋਈ ਆ ਤੇ ਸਿਮਿਓਨ ਆਂਦਾ ਆਂਦਾ ਵੀ ਜਿੱਥੇ ਨਾ ਇਹਦੇ ਕੰਟੇਨਰ ਖੜੇ ਹੁੰਦੇ ਆ ਸਿਮਿਓਨ ਦੇ ਪਏ ਹੁੰਦੇ ਆ ਆਪਾਂ ਕੰਟੇਨਰਾਂ ਤੇ ਕਈ ਵਾਰੀ ਡਿਲੀਵਰੀ ਵਗੈਰਾ ਕੀਤੀ ਆ ਸਿਮਿਓਨ ਵਾਸਤੇ ਤੇ ਉੱਥੇ ਮੂਸਾ ਵਾਲਾ 5911 ਆਇਆ ਹੋਇਆ ਵੱਡੇ ਯਾਰਟ ਦੇ ਵਿੱਚ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮਖਾਇਆ ਰਾਈਡ ਦੇ ਵੱਡੇ ਸਟਾਰ ਦਾ ਇੰਨੀ ਛੇਤੀ ਇੰਨਾ ਸੌਖਾ ਉਹ ਨਹੀਂ ਆ ਸਕਦਾ ਨਾ ਟਰੈਕਟਰ ਤਾਂ ਉੱਥੇ ਪੂਰੇ ਵੱਡੇ ਯਾਰਟ ਦੇ ਵਿੱਚ ਆਇਆ ਹੋਇਆ ਤਾਂ ਆਪਾਂ ਨੂੰ ਉੱਥੇ ਜਾ ਕੇ ਲੈ ਕੇ ਆਣਾ ਪੈਣਾ ਤਾਂ ਚਲੋ ਆਪਾਂ ਉੱਥੇ ਜਾਂਦੇ ਆ ਤਾਂ ਉਦੋਂ ਪਹਿਲਾਂ ਯਾਰ ਉਰੇ ਬੈਣੀ ਦੀ ਦੁਕਾਨ ਹੈਗੀ ਨੇੜੇ ਤੇ ਆਪਾਂ ਇਸ ਕਾਰਪੀਓ ਆਪਣੀ ਮੋਡੀਫਿਕੇਸ਼ਨ ਵਾਸਤੇ ਦੇਖੀ ਜਾਣੀ ਤਾਂ ਟਾਇਰ ਟੂਰ ਆਪਾਂ ਕਹਿ ਦਿੰਨੇ ਆ ਚੇਂਜ ਕਰ ਦੂਗਾ ਤਾਂ ਚਲੋ ਆਪਾਂ ਉਰੇ ਬੈਣੀ ਨੂੰ ਮੋਡੀਫਿਕੇਸ਼ਨ ਵਾਸਤੇ ਦੇਖੀ ਜਾਂਦੇ ਆ ਬੈਣੀ ਦੀ ਦੁਕਾਨ ਤਾਂ ਪਈ ਯਾਰ ਬੰਦ ਚਲੋ ਆਪਾਂ ਉਰੇ ਲਾ ਜਾਂਦੇ ਆ ਜਦੋਂ ਆਮਾਗੇ ਉਦੋਂ ਨੂੰ ਸ਼ਾਇਦ ਕੁਝ ਮੋਡੀਫਾਈ ਕਰ ਹੀ ਦਿੱਤਾ ਹੋਵੇ ਉਹਨੇ ਤੇ ਆਪਾਂ ਦੇਖਦੇ ਆ ਜੇ ਕੋਈ ਗੱਡੀ-ਗੁੱਡੀ ਖੜੀ ਹੋਊਗੀ ਕੋਈ ਗੱਡੀ ਖੜੀ ਹੋਵੇ ਓਹ ਹਾਂ ਆ ਗੱਡੀ ਖੜੀ ਆ ਚਲੋ ਯਾਰ ਚੱਲਦੇ ਆ ਯਾਰ ਮੌਸਮ ਬੜਾ ਖਰਾਬ ਹੋਇਆ ਪਿਆ ਯਾਰ ਪਤਾ ਨਹੀਂ ਕਿਉਂ ਨਾ ਤਾਂ ਚਲੋ ਆਪਾਂ ਚੱਲਦੇ ਆ ਇੱਕ ਵਾਰੀ ਆਪਣੀ ਗੱਡੀ ਨੂੰ ਲੈ ਕੇ ਤੇ ਆਪਾਂ ਨੂੰ ਥੋੜਾ ਬਚ ਕੇ ਆਉਣਾ ਪੈਣਾ ਕਿਉਂਕਿ ਉਸ ਸਾਈਡ ਨਾ ਹੈਗੇ ਆ ਸਾਰੀ ਗੰਗਾ ਗੁੰਗਾ ਦਾ ਵੀ ਸਾਰਾ ਕੁਝ ਉਸੇ ਸਾਈਡ ਆ ਫੋਟੋ ਯਾਨੀ ਕੁਝ ਗਲਤ ਕੰਮ ਜਿਦਾ ਕੋਕ ਵਗੈਰੇ ਦੇ ਕੰਮ ਵੀ ਚੱਲਦੇ ਆ ਤਾਂ ਇਸ ਕਰਕੇ ਆਪਾਂ ਥੋੜਾ ਜਿਹਾ ਬਚ ਕੇ ਰਹਿਣਾ ਪੈਣਾ ਕਿਤੇ ਆਪਣੇ ਤੇ ਅਟੈਕ ਟੂ ਕੋ ਹੋ ਜਾ ਕਿਉਂਕਿ ਆਪਾਂ ਉਹਨਾਂ ਨਾਲ ਬਾਧੂ ਪੰਗੇ ਲੈਂਦੇ ਰਹਿੰਨੇ ਆ ਤੇ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਉਹਨਾਂ ਨੂੰ ਠੋਕਣ ਦੀ ਕਿਸੇ ਦਿਨ ਵੀਡੀਓ ਲੈ ਕੇ ਆਈਏ ਉਹਨਾਂ ਨਾਲ ਲਈ ਆਪਾਂ ਕਿਸੇ ਦਿਨ ਪੰਗੇ ਤਾਂ ਉਹ ਵੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਤੇ ਉਹਨਾਂ ਚਿਰ ਆਪਾਂ ਉਰੇ ਬਸ ਉਰੇ ਇੱਕ ਦੋ ਲੈਫਟ ਰਾਈਟ ਹੀ ਆ ਸੌਖੀ ਆ ਆ ਕਿਹੜਾ ਰਾਸ ਸੀ ਯਾਰ ਰੁਕੋ ਇੱਕ ਮਿੰਟ ਆਪਾਂ ਜੀਪੀਐਸ ਦੇ ਵਿੱਚ ਦੇਖ ਲਈ ਆਹੀ ਰਾਹ ਜਾਂ ਕੋਈ ਹੋਰ ਰਾਹ ਚਲੋ ਆਹੀ ਰਾਹ ਚਲੋ ਆਪਾਂ ਚੱਲਦੇ ਆਂ ਜੀਪੀਐਸ ਦੇ ਨਾਲ ਤੇ ਉਰੇ ਬਾਈ ਕਿਉਂਕਿ ਯਾਰ ਜੀਪੀਐਸ ਕਈ ਵਾਰੀ ਗਲਤ ਵੀ ਦਿਖਾ ਦਿੰਦਾ ਪਰ ਆਪਾਂ ਦੇਖਣਾ ਪੈਣਾ ਆਪਾਂ ਨੂੰ ਆਪਾਂ ਆਲਮੋਸਟ ਪਹੁੰਚਣ ਵਾਲੇ ਹਾਂ ਤੇ ਉਨਾਂ ਚਿਰ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਦੇ 11 ਮਿੱਤਰਾਂ ਦੇ ਨਾਲ ਕਰ ਦਿਓ ਸ਼ੇਅਰ ਵੀਡੀਓ ਨੂੰ ਚੱਲੇ ਚੱਲਦੇ ਤੇ ਅੱਜ ਆਪਾਂ ਕਰਨੇ ਆ 800 ਤੇ ਜੋ ਵੀ ਇਹ ਇਹਦੀ ਮੋਡੀਫਿਕੇਸ਼ਨ ਵਗੈਰਾ ਹੋਣੀ ਆ ਉਹਦੀ ਆਪਾਂ ਵੀਡੀਓ ਅਲੱਗ ਤੋਂ ਲੈ ਕੇ ਆਣੀ ਆ ਇੱਕ ਵਾਰੀ ਆਪਾਂ ਦੇਖੀਏ ਕਿ ਆਖਿਰ ਕਿੱਦਾਂ ਦਾ ਉਸ ਦਾ ਉਹ ਆ ਮੂਸਾ ਵਾਲੇ ਦਾ ਟਰੈਕਟਰ ਕਿ ਨਾ ਨੂਟ 11 ਤਾਂ ਆਪਾਂ ਇਹਦੇ ਬੜੇ ਦੇਖਿਆ ਆਪਾਂ ਆਪਣੀ ਸਿਟੀ ਦੇ ਵਿੱਚ ਲੈ ਕੇ ਵੀ ਆਏ ਆ ਕੀ ਵਾਰੀ ਜੇ ਥੋਨੇ ਆਪਣੀ ਸਾਲ 1.5 ਸਾਲ ਪੁਰਾਣੀ ਗੇਮਪਲੇ ਦੇਖੀ ਹੋਣ ਤੇ ਆਪਾਂ ਹੁਣ ਤੋਂ ਤੁਸੀਂ ਦੱਸੋ ਵੀ ਆਪਾਂ ਗੇਮਪਲੇ ਦੁਬਾਰੇ ਤੋਂ ਪਾਣੀ ਸ਼ੁਰੂ ਕਰੀਏ ਜਾਂ ਨਹੀਂ ਤੇ ਜੇ ਆਪਾਂ ਨੂੰ ਇਸ ਦੇ ਉੱਤੇ ਚੰਗਾ ਰਿਸਪਾਂਸ ਮਿਲਿਆ ਤਾਂ ਆਪਣੀ ਗੇਮਪਲੇ ਵੀ ਆਇਆ ਕਰਨਗੇ ਆਪਣੇ ਇਸ ਚੈਨਲ ਤੇ ਟਾਈਮ ਟੂ ਟਾਈਮ ਤਾਂ ਉਹਨਾਂ ਚਿਰ ਆਪਾਂ ਆਲਮੋਸਟ ਗਏ ਆ ਪਹੁੰਚ ਬਈ ਸਿਮਿਆਉਂ ਦੇ ਗੈਰੇਜ ਦੇ ਲਾਗੇ ਤੇ ਉਰੇ ਆ ਗਿਆ ਹੋਣਾ ਉਰੇ ਆਇਆ ਹੁਣ ਉਹਦਾ ਪੱਕਾ ਬਈ ਯਾਰ ਟਯੂਟ ਤੇ ਕਿਸੇ ਤਾਂ ਪਿਆ ਹੋਣਾ ਜਿੱਦਾਂ ਸਿਮਯੋਂ ਆਨੰਦਾ ਸੀ ਤੇ ਆਪਾਂ ਨੂੰ ਜਿੱਦਾਂ ਕਿ ਟਰੈਕਟਰ ਆ ਯਾਰ ਤਾਂ ਥੋੜਾ ਰੁੱਕ ਕੇ ਉਹ ਕਰਨਾ ਪੈਣਾ ਕਿਉਂਕਿ ਯਾਰ ਇੰਨਾ ਝੜ ਚੱਲਦਾ ਪਿਆ ਵੇਆ ਕਿਤੇ ਤੁਲਕ ਤੁਲਕ ਗਿਆ ਆਪਾਂ ਪਾਣੀ ਪੂਣੀ ਛੜਿ ਗਏ ਤਾਂ ਦੇਖਦੇ ਆਪਾਂ ਉਰੇ ਲੱਭਦੇ ਯਾਰ ਟ ਯਾਰ ਵੱਡਾ ਯਾਰਡ ਤਾਂ ਇਹੀ ਆ ਮੈਂ ਲਾਦਾ ਇਸੇ ਦੇ ਉੱਤੇ ਆਇਆ ਹੁਣ ਵੱਡਾ ਯਾਰਡ ਤਾਂ ਮੈਨੂੰ ਆਹੀ ਲੱਗਦਾ ਪਿਆ ਆਪਾਂ 1 ਮਿੰਟ ਜਾ ਉਰੇ ਕਰ ਲੈਨੇ ਗੱਲਬਾਤ ਵੀ ਭਾਈ ਕਿਹਦੇ ਦੇ ਉੱਤੇ ਆਇਆ ਮੂਸਾ ਵਾਲਾ ਡਾਇਰੈਕਟਰ ਤਾਂ ਚਲੋ ਕਰ ਦਿਆਂ ਗੱਲਬਾਤ ਅ ਚਲੋ ਕੈਪਟਨ ਕੁਪਟਨ ਜਾ ਉਰੇ ਕਿਤੇ ਹੁੰਦਾ ਆਪਾਂ ਕੈਪਟਨ ਵਗੈਰਾ ਨਾਲ ਕਰ ਲੈਨੇ ਗੱਲ ਇੱਕ ਮਿੰਟ ਰੁਕੋ ਮੈਂ ਗੱਲ ਕਰ ਲੈਣਾ ਫੋਨ ਦੇ ਉੱਤੇ ਸਿਮਿਓਨ ਨਾਲ ਮੇਰੀ ਹੁਣੇ ਗੱਲ ਹੋਈ ਸਿਮਿਓਨ ਨਾਲ ਤੇ ਸਿਮਿਓਨ ਨੇ ਉਰੇ ਕੀਤਾ ਫੋਨ ਫੋਨ ਤੇ ਉਹ ਆਪਾਂ ਨੂੰ ਪਤਾ ਕਰਕੇ ਦੱਸ ਦਿਆ ਵੀ ਕੀ ਹੁੰਦਾ ਤੇ ਉਹਨਾਂ ਚਿਰ ਯਾਰ ਅੱਜ ਹੈਗੀ ਹੈ ਦੀਵਾਲੀ ਤੇ ਪਟਾਕੇ ਧੂੱਕੇ ਆਪਾਂ ਚਲਾਏ ਨਹੀਂ ਚਲੋ ਆਪਾਂ ਓਏ ਓ ਨਾਈਸ ਆਪਾਂ ਇੱਧਰ ਕਰਦੇ ਜਿੰਨਾ ਚਿਰ ਝੜ ਛੁੜ ਜਾ ਹੈਗਾ ਨਾ ਥੋੜਾ ਹੋਰ ਕਿਤੇ ਰੁੱਕ ਕੇ ਬੈਠ ਜਾਂਦੇ ਆ ਉਹ ਜਿਹੜਾ ਵੀ ਝੜ ਛੁੜ ਜਾ ਸੀ ਯਾਰ ਉਹ ਗਿਆ ਹੁਣ ਮੁੱਕ ਤੇ ਦੇਖਦੇ ਆ ਕੀ ਬਣਦਾ ਤੇ ਆਪਣੀ ਸ਼ਰ ਗੱਲ ਹੋ ਗਈ ਹੋਣੀ ਉਹਦੀ ਤੇ ਉਹਨਾਂ ਨੇ ਕੜਤਾ ਆਉਣਾ ਮੂਸਾ ਵਾਲਾ ਜੋ ਵੀ ਨਵਾਂ ਟਰੈਕਟਰ ਆਣਾ ਸੀ ਉਹ ਆਪਾਂ ਉੱਤਰਦੇ ਇੱਕ ਵਾਰੀ ਭਾਈ ਉੱਤਰਨਾ ਕਿੱਥੋਂ ਆ ਯਾਰ ਤਾਂ ਕੋਈ ਵੀ ਨਹੀਂ ਦਿਖਦਾ ਪਿਆ ਯਾਰ ਕੀ ਸੀ ਨਾ ਤਾ ਭਾਈ ਮੈਨੂੰ ਹੁਣੇ ਪਤਾ ਲੱਗਿਆ ਵੀ ਹਾਂ ਉਹ ਹਲੇ ਕੰਟੇਨਰਾਂ ਦੇ ਵਿੱਚ ਆ ਮੂਸਾੜਾ ਤੇ ਉਹ ਕਿਸੇ ਕੰਟੇਨਰ ਦੇ ਵਿੱਚੋਂ ਆਪਾਂ ਨੂੰ ਕੱਢਣਾ ਪੈਣਾ ਆਪ ਮੈਨੂੰ ਲੱਗਦਾ ਹੈ ਨਾ ਸਾਰੇ ਵਰਕਰ ਗਏ ਹੁਣ ਛੁੱਟੀ ਤੇ ਗੱਲ ਗਲਤ ਆ ਯਾਰ ਤੁਹਾਨੂੰ ਕੰਮ ਆਇਆ ਹੋਇਆ ਤੁਸੀਂ ਕਰਦੇ ਕਿਉਂ ਨਹੀਂ ਤੇ ਚਲੋ ਆਪਾਂ ਲਾਣੇ ਆ ਯਾਰ ਲਾਤਾ ਆਪਾਂ ਨੇ ਜੋ ਵੀ ਸੀ ਇਹ ਪ੍ਰੀਤ ਭਾਈ ਇਹ ਕੀ ਜੰਤਰ ਮੰਤਰ ਆ ਭਾਈ ਹੈਲੋ ਹੈ ए प्रीता ओए आप थलेगे भाई अपने स्कैम हो गया रुको आप तरह उत्ते जाते हैं लाभ रहा आप आ चुके हैं बाहर किसी तरह तो यार ये लगता तो ठीक ही पे इन्ना भी यदि यानी वो नाटगरन गल नहीं हैगी जो नाट कर ਬਸ ਠੀਕ ਹੀ ਆ ਯਾਨੀ ਇੰਨਾ ਵੀ ਵਧੀਆ ਨਹੀਂ ਗਾ ਬਸ ਠੀਕ ਹੀ ਬਸ ਕੰਮ ਚਲਾਉ ਸੌਦਾ ਹੀ ਆ ਬਸ ਤੇ ਆਈ ਥਿੰਕਸ ਤੇ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਦਾ ਇਹ ਮੈਂ ਤਾਂ ਯਾਰ ਕੰਮ ਚਲਾਉ ਸੌਦਾ ਹੀ ਲੱਗਦਾ ਯਾਰ ਆਪਾਂ ਮੂਸੇ ਵਾਲ ਨੂੰ ਆਪਾਂ ਮੋਡੀਫਾਈ ਕਰਕੇ ਦੇਣਾ ਇਹ ਦੇਖਦੇ ਆ ਕੀ ਬਣਦਾ ਜੋ ਆਪਣਾ ਪੱਕਾ ਯਾਰ ਵੈਲੀ ਹੈਗਾ ਬੈਣੀ ਮਿਸਤਰੀ ਤੇ ਬੈਣੀ ਕੋਲੋਂ ਆਪਾਂ ਇਹਦਾ ਕੰਮ ਕਰਵਾ ਕੇ ਦੇਣਾ ਐਦਾਂ ਤਾਂ ਇਹ ਬੇਕਾਰ ਲੱਗਦਾ ਪਿਆ ਯਾਰ ਸਪੀਕਰਸ ਬੁੱਕਰ ਦੇਖੋ ਕਿੰਨੇ ਬੇਕਾਰ ਜਿਹਾ ਟਾਇਰ ਟੂਰ ਜੇ ਵੀ ਠੀਕ ਠੀਕ ਹੀ ਆ ਟਾਇਰ ਵੀ ਤੇ ਹੋਰ ਦੇਖੀਆ ਆਪਾਂ ਇਹਦੇ ਵਿੱਚ ਕੀ ਆ ਸਟੀering ਸਟੇering ਦਾ ਚਲੋ origignal company ਦਾ ਬਾਕੀ ਉਹ ਸਾਰਾ ਕੰਮ ਦੇਖੂਗਾ ਬੈਨੀ ਤੇ ਆਪਣਾ ਜੋ ਕੰਮ ਸੀ ਆਪਾਂ ਨੂੰ ਡਿਲੀਵਰੀ ਵਾਸਤੇ ਛੱਡ ਕੇ ਆਣਾ ਸੀ ਤਾਂ ਚਲੋ ਆਪਾਂ ਡਿਲੀਵਰੀ ਵਾਸਤੇ ਛੱਡ ਕੇ ਆਨੇ ਆ ਤੇ ਦੇਖ ਰਿਹਾ ਉੱਥੇ ਜਾ ਕੇ ਆਪਾਂ ਆਇਆ ਫੋਟੋ ਫੁੱਟ ਸ਼ੂਟ ਵੀ ਕਰਵਾਣਾ ਲਾਦਾ ਫੋਟੋ ਸ਼ੂਟ ਵਗੈਰਾ ਤਾਂ ਕਰਵਾਣਾ ਬਣਦਾ ਇਹਦਾ ਤਾਂ ਉਹਨਾਂ ਚਿਰ ਆਪਾਂ ਚੱਲਦੇ ਆ ਹੁਣ ਬੈਨੀ ਮਿਸਤਰੀ ਕੋਲ ਛੱਡਣ ਤੁਸੀਂ ਦੇਖ ਕੇ ਦੱਸੋ ਵੀ ਇਹ ਕਿਦਾਂ ਲੱਗਦਾ ਪਿਆ ਇਹਦੀ ਮੋਡੀ ਮੋਡੀਫਿਕੇਸ਼ਨ ਆਪਾਂ ਕਰਵਾਈਏ ਜਾਂ ਨਹੀਂ ਤੇ ਕਿਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਵਾਈਏ ਤੁਸੀਂ ਉਹ ਵੀ ਦੱਸੋ ਬਾਈ ਕੀ ਬੇਕਾਰ ਹੈਂਡਲਿੰਗ ਆ ਭਾਈ ਇਹਦੀ ਇੰਜਨ ਉੰਜਨ ਦਾ ਵੀ ਚੰਗਾ ਕੰਮ ਕਰਵਾਉਣਾ ਪੈਣਾ ਮੈਨੂੰ ਲੱਗਦਾ ਤਾਂ ਚਲੋ ਬਾਕੀ ਆਪਾਂ ਦੇਖਾਂਗੇ ਜਾ ਕੇ ਤੇ ਯਾਰ ਬਾਡੀ ਦੇ ਉੱਤੇ ਵੀ ਥੋੜੇ ਯਾਰ ਮੈਨੂੰ ਲੱਗਦਾ ਆਪਣੇ ਤਾਰ ਦੇ ਹੋਏ ਇਹਦਾ ਕੰਮ ਹੋਇਆ ਹੋ ਲੱਗਦਾ ਮੈਨੂੰ ਲੱਗਦਾ ਜਦੋਂ ਆਪਾਂ ਤਾਰ ਦੇ ਸੀ ਉਦੋਂ ਆਪਣੇ ਤੋਂ ਉਹਦਾ ਕੁੰਡਾ ਹੋ ਗਿਆ ਬਾਕੀ ਤਾਂ ਆਪਾਂ ਨੂੰ ਬੈਂਨੀ ਕੋਲ ਜਾ ਕੇ ਹੀ ਪਤਾ ਲੱਗਣਾ ਤੇ ਉਹ ਦੱਸੂਗਾ ਵੀ ਇਹਦਾ ਕੀ ਹੋਇਆ ਤੇ ਕਿੰਨਾ ਕੁ ਮੋਡੀਫਿਕੇਸ਼ਨ ਇਹਦੇ ਵਿੱਚ ਬਣ ਸਕਦੀ ਆ ਜਾਂ ਕੀ ਕੀ ਹੋ ਸਕਦਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਆਪਾਂ ਇਹਦੀ ਮੋਡੀਫਿਕੇਸ਼ਨ ਦੀ ਵੀਡੀਓ ਲੈ ਕੇ ਆਈਏ ਜਾਂ ਨਹੀਂ ਤੇ ਜਾਂ ਫਿਰ ਇਹਦੀ ਥਾਂ ਆਪਾਂ 911 ਦੀ ਮੋਡੀਫਿਕੇਸ਼ਨ ਦੀ ਵੀਡੀਓ ਲੈ ਕੇ ਆਈਏ ਕਿਹੜੀ ਦੀ ਆਵੇ ਤੇ ਕੀ ਚੀਜ਼ ਦੀ ਵੀਡੀਓ ਆਵੇ ਹੁਣ ਨੈਕਸਟ ਤੁਸੀਂ ਉਹ ਦੱਸੋ ਆਪਾਂ ਮੈਂ ਧਿਆਨ ਦਿੰਦਾ ਭਾ ਅੱਜਕੱਲ ਥੋੜਾ ਵੀਡੀਓਸ ਤੇ ਤਾਂ ਇਸ ਲਈ ਆਪਾਂ ਚੱਲਦੇ ਆ ਇੱਕ ਵਾਰੀ ਬੈਣੀ ਮਿਸਟਰੀ ਕੋਲ ਸੁਣ ਸਕਦਾ ਬੈਣੀ ਕੋਲ ਜਾ ਕੇ ਹੀ ਮਿਲਦੇ ਆ ਕਿਉਂਕਿ ਉਰੇ ਇਦਾਂ ਤੁਸੀਂ ਬੋਰ ਹੋ ਜਾਓਗੇ ਯਾਰ ਆਪਾਂ ਐਨੀ ਦੂਰ ਤੋ ਲੈ ਕੇ ਆਏ ਤੇ ਯਾਰ ਆਪਣੇ ਟਰੈਕਟਰ ਦਾ ਹੋ ਗਿਆ ਤੇਲ ਖਤਮ ਤੇ ਯਾਰ ਕਹੈਂਟ ਲੱਗਦਾ ਪਿਆ ਯਾਰ ਸਿਟੀ ਦੇ ਪੈਟਰੋਲ ਪੰਪ ਵੀ ਅੱਜਕੱਲ ਸੁਧਰ ਕੇ ਲੱਗਦਾ ਤਾਂ ਇੱਕ ਵਾਰੀ ਆਪਾਂ ਉੱਤਰ ਕੇ ਪਵਾਲੀਏ ਦੇ ਵਿੱਚ ਤੇਲ ਟੈਂਕੀ ਕਰਦੇ ਬਈ ਫੁੱਲ ਹੈ ਨਹੀਂ ਕੋਈ ਆਪਾਂ ਨੂੰ ਆਪ ਕਰਨੀ ਪੈਣੀ ਆ ਤਾਂ ਚਲੋ ਯਾਰ ਟੈਂਕੀ ਫੁੱਲ ਕਰਕੇ ਮਿਲਦੇ ਆ ਟੈਂਕੀ ਹੋ ਚੁੱਕੀ ਆ ਹੁਣ ਇਹਦੀ ਫੁੱਲ ਬਈ ਪੂਰੀ ਜਮੇ ਮੈਂ ਕਹਿੰਨਾ ਅੰਟਰਾ ਸਵੀਟ ਆਪਾ ਟਪਾਤੀ ਆਪਾ ਤੇ ਆਪਾਂ ਚਲੋ ਹੁਣ ਚੱਲਦੇ ਆ ਬੈਨੀ ਦੀ ਦੁਕਾਨ ਕੋਲ ਬੈਨੀ ਦੀ ਦੁਕਾਨ ਕਿੱਥੇ ਜਾਗੀ ਬਾਈ ਚਲੋ ਲੱਭਦੇ ਆ ਮੈਂ ਭੁੱਲ ਗਿਆ ਯਾਰ ਬੈਨੀ ਦੀ ਦੁਕਾਨ ਦਾ ਰਾਹ ਹੀ ਭੁੱਲ ਗਿਆ ਮੈਂ ਪਤਾ ਨਹੀਂ ਕਿੱਥੇ ਜਾ ਕਿਤੇ ਆਪਾਂ ਪਿੱਛੇ ਪੁੱਛੇ ਤਾਂ ਛੱਡੇ ਤਾਂ ਮੈਨੂੰ ਲੱਗਦਾ ਉਰੀ ਕਿਤੇ ਹੋਣੀ ਤੇ ਉਹ ਆ ਗਈ ਉਹ ਬਾਈ ਸਾਹਮਣੇ ਮੂਸੇ ਵਾਲ ਦੇ ਆਪਣੇ ਸਿਟੀ ਦੇ ਵਿੱਚ ਬਿਲਬੋਰਡ ਵਗੈਰਾ ਵੀ ਹੈ ਘੈਂਟ ਘੈਂਟ ਆ ਯਾਨੀ ਮੂਸੇ ਵਾਲਾ ਵੀ ਤੇ ਬੱਬੂ ਆਣ ਵੀ ਤੇ ਕਰਨ ਔਜਲਾ ਵੀ ਤੰਨੇ ਕਾ ਠੋ ਤੇ ਤੰਨਾ ਦੇ ਲੱਗੇ ਹੋਏ ਆਪਣੀ ਸਿਟੀ ਦੇ ਵਿੱਚ ਬੈਨਰ ਦੋਸਤੋ ਆਪਾਂ ਹੋਰ ਕਿਹੜੇ-ਕਿਹੜੇ ਸਿੰਗਰ ਦੇ ਬੈਨਰ ਲੱਗ ਕੇ ਆਈਏ ਮੇਅਰ ਨਾਲ ਗੱਲ ਕਰਕੇ ਤਾਂ ਭਾਈ ਆ ਆ ਗਈ ਬੈਣੀ ਦੀ ਦੁਕਾਨ ਤਾਂ ਚਲੋ ਆਪਾਂ ਮਿਲਦੇ ਆ ਬੈਣੀ ਨੂੰ ਤੇ ਬੈਣੀ ਤੋਂ ਪੁੱਛਦੇ ਆ ਉਸਨੇ ਕਿੰਨਾ ਕੰਮ ਕਰਤਾ ਤੇ ਇਹਦੇ ਮੋਡੀਫਿਕੇਸ਼ਨ ਦਾ ਕੰਮ ਲਈ ਉਹ ਸਕਾਰਪੀ ਵੀ ਮੋਡੀਫਾਈ ਕਰਕੇ ਖੜਾਏ ਪੀਆ ਤਾ ਆਪਾਂ ਇਹਨੂੰ ਸਿੱਧਾ ਅੰਦਰ ਲਾ ਕੇ ਮਿਲਦੇ ਆਂ ਤੇ ਬਾਹਰ ਆ ਕੇ ਦੇਖਦੇ ਆਂ ਸਕਾਰਪੀਓ ਕਹੀ ਮੋਡੀਫਾਈ ਕੀਤੀ ਭਾਈ ਹੁਣ ਆਪਾਂ ਕਰਦੇ ਆਂ ਸਿੱਧੀ ਸਾਦੀ ਗੱਲ ਮੋਡ ਆ ਚੁੱਕਿਆ ਸਿਟੀ ਦੇ ਵਿੱਚ ਤੇ ਤੁਸੀਂ ਦੱਬ ਕੇ ਕਰੋ ਹੁਣ ਚੈਨਲ ਨੂੰ ਸ਼ੇਅਰ ਤੇ ਆਪਣੇ ਕਰਵਾ ਦਿਓ 1k ਸਬਸਕ੍ਰਾਈਬਰ ਜਲਦੀ ਜਲਦੀ ਤੇ ਬਾਕੀ ਆਪਾਂ ਦੇਖ ਰਹੇ ਆਂ ਮੋਡ ਦੇ ਉੱਤੇ ਹਲੇ ਕੰਮ ਚੱਲਣਾ ਤੇ ਜਿੱਦਾਂ ਜਿੱਦਾਂ ਇਹਦੇ ਤੇ ਵਰਕ ਹੁੰਦਾ ਰਹੂਗਾ ਉਦਾਂ ਉਦਾਂ ਤੁਹਾਨੂੰ ਗੇਮਪਲੇ ਵੀਡੀਓਜ਼ ਮਿਲਦੀਆਂ ਰਹਿਣਗੀਆਂ ਤੇ ਇਹਦੇ ਬਾਰੇ ਹਲੇ ਆਪਾਂ ਯਾਨੀ ਇਹਦੇ ਤੇ ਕਾਫੀ ਕੰਮ ਚੱਲਣਾ ਹਾਲੇ ਤਾਂ ਬਹੁਤ ਗਲਿਚਾ ਹੈ ਇਹਦੇ ਵਿੱਚ ਤਾਂ ਇਸ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਦੇ ਯਾਰਾਂ ਮਿੱਤਰਾਂ ਨਾਲ ਕਰ ਦਿਓ ਸ਼ੇਅਰ ਤੇ ਦੱਬ ਕੇ ਸ਼ੇਅਰ ਕਰੋ ਬਈ ਵਨਕੇ ਆਪਾਂ ਸੂਨ ਕਰਨੇ ਟੱਚ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਹੋਰ ਦੱਸੋ ਅਸੀਂ ਕੀ ਕਰੀ ਆਪਾਂ ਕੀ ਲੈ ਕੇ ਆਈਏ ਸਿਟੀ ਦੇ ਵਿੱਚ ਨਵਾਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਸੀ ਥੈਂਕ ਯੂ ਫॉर ਵਾਚਿੰਗ